ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀ ਸਾਧ ਸੰਗਤ ਨੂੰ ਅਤੇ ਪੂਰੀ ਮਨੁੱਖਤਾ ਨੂੰ ਅਪੀਲ ਹੈ ਕਿ ਜਿਹੜੀ ਬਿਮਾਰੀ ਤੋਂ ਲੋਕ ਡਰੇ ਹੋਏ ਨੇ, ਸਹਿਮੇ ਹੋਏ ਨੇ, ਉਸ ਬਿਮਾਰੀ ਦੀ ਰੋਕਥਾਮ ਵਾਸਤੇ ਪਰਹੇਜ ਦੀ ਲੋੜ ਆ। ਅਸੀਂ ਵੱਧ ਤੋਂ ਵੱਧ ਪਰਹੇਜ ਕਰੀਏ ਅਤੇ ਵਾਹਿਗੁਰੂ ਦਾ ਸਿਮਰਨ ਕਰੀਏ, ਗੁਰਮੰਤਰ ਮੂਲ ਮੰਤਰ ਦੇ ਜਾਪ ਕਰੀਏ, ਆਪਣੇ ਘਰਾਂ ਦੇ ਵਿੱਚ ਬਹਿ ਕੇ ਆਪਣੇ ਬੱਚਿਆਂ ਨੂੰ ਬਾਹਰ ਅੰਦਰ ਜਾਣ ਤੋਂ ਰੋਕੀਏ, ਖੁਦ ਵੀ ਜੇ ਕੋਈ ਕੰਮ ਆ ਤਾਂ ਬਾਹਰ ਜਾਈਏ, ਨਹੀਂ ਤਾਂ ਨਾ ਜਾਈਏ। ਇਸ ਚੀਜ਼ ਨੂੰ ਮਜ਼ਾਕ ਨਾ ਬਣਾਈਏ, ਕਿਉਂਕਿ ਮਜ਼ਾਕ ਕਦੀ ਕਦੀ ਜ਼ਿੰਦਗੀ ਦੇ ਵਿੱਚ ਮਹਿੰਗਾ ਪੈ ਜਾਂਦਾ ਵਾ। ਇਸ ਕਰਕੇ ਜਿਹੜੇ ਵੀਰ ਟਿਕਟੋਕ ਦੇ ਉੱਪਰ, ਸੋਸ਼ਲ ਮੀਡੀਆ ਦੇ ਉੱਪਰ ਫਵਾਵਾਂ ਫੈਲਾਉਂਦੇ ਨੇ, ਫਵਾਵਾਂ ਵੀ ਨਾ ਫੈਲਾਉਣ, ਕਿਉਂਕਿ ਜੇ ਅਸੀਂ ਫਵਾਵਾਂ ਫੈਲਾਵਾਂਗੇ ਤਾਂ ਬਿਮਾਰੀ ਨੂੰ ਸੱਦਾ ਦੇਣ ਵਾਲੀ ਗੱਲ ਹੈ। ਕਿਉਂਕਿ ਜੇ ਬੰਦਾ ਅੰਦਰੋਂ ਮਾਨਸਿਕ ਤੌਰ 'ਤੇ ਤਗੜਾ ਹੋਊਗਾ, ਜੇ ਉਹਦੇ ਅੰਦਰ ਸਹਿਮ ਹੋਇਆ ਤਾਂ ਬਿਮਾਰੀ ਹਮੇਸ਼ਾ ਹੀ ਉਹਦੇ ਉੱਤੇ ਹੈਵੀ ਹੋਊਗੀ। ਅਤੇ ਜੇ ਅਸੀਂ ਅੰਦਰੋਂ ਤਗੜੇ ਹਾਂ, ਮਜ਼ਬੂਤ ਹਾਂ ਮਾਨਸਿਕ ਤੌਰ 'ਤੇ, ਦਿਮਾਗੀ ਤੌਰ 'ਤੇ, ਤਾਂ ਉਹ ਬਿਮਾਰੀ ਸਾਡਾ ਕੋਈ ਨੁਕਸਾਨ ਨਹੀਂ ਕਰ ਸਕਦੀ। ਅਤੇ ਇਸ ਕਰਕੇ ਸਾਰਿਆਂ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਲੋੜ ਤੋਂ ਵੱਧ ਇਕੱਠੇ ਨਾ ਹੋ, ਆਪਣੇ ਘਰਾਂ ਤੋਂ ਬਾਹਰ ਨਾ ਨਿਕਲੋ, ਅਤੇ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਸਿਮਰਨ, ਗੁਰਮੰਤਰ ਮੂਲ ਮੰਤਰ ਦਾ ਜਾਪ ਕਰੋ। ਕਿਉਂਕਿ ਸਾਰਿਆਂ ਰੋਗਾਂ ਦਾ ਜਿਹੜਾ ਵਾ ਨਾਸ਼ ਕਰਨ ਵਾਸਤੇ ਨਾਮ ਇੱਕ ਦਾਰੂ ਆ, ਨਾਮ ਇੱਕ ਜਿਹੜਾ ਬੜਾ ਵੱਡੀ ਦਵਾ ਆ, ਉਹ ਨਾਮ ਸਿਮਰਨ ਹੀ ਇਸ ਬਿਮਾਰੀ ਤੋਂ ਬਚਾ ਸਕਦਾ ਵਾ। ਪੂਰੇ ਮਨੁੱਖਤਾ, ਪੂਰੇ ਵਰਲਡ, ਜਿਹੜੇ ਦੇਸ਼ ਇਸ ਬਿਮਾਰੀ ਤੋਂ ਪ੍ਰਭਾਵਿਤ ਹੋਏ, ਉਹਨਾਂ ਦੇ ਵਾਸਤੇ ਵੀ ਅਰਦਾਸ ਕਰੋ ਕਿ ਪਰਮਾਤਮਾ ਵਾਹਿਗੁਰੂ ਇਹਨਾਂ ਦੀ ਵੀ ਭਲਾ ਕਰੀ, ਇਹਨਾਂ ਦੇ ਉੱਤਰ ਵੀ ਆਪਣਾ ਮਿਹਰ ਭਰਿਆ ਹੱਥ ਰੱਖੀ, ਅਤੇ ਵੱਧ ਤੋਂ ਵੱਧ ਪਰਹੇਜ ਕਰੋ। ਜਿਸ ਬਿਮਾਰੀ ਦਾ ਕੋਈ ਇਲਾਜ ਨਾ ਹੋਵੇ, ਉਸ ਬਿਮਾਰੀ ਦਾ ਵੱਧ ਤੋਂ ਵੱਧ ਪਰਹੇਜ ਇਲਾਜ ਹੁੰਦਾ ਵਾ। ਸਰਕਾਰ ਦੀ ਗੱਲ ਮੰਨੋ, ਪ੍ਰਸ਼ਾਸਨ ਦੇ ਵੀਰਾਂ ਦੀ ਗੱਲ ਮੰਨੋ, ਡਾਕਟਰਾਂ ਦੀ ਸਲਾਹ ਲਓ, ਅਤੇ ਆਪਣੇ ਪਿੰਡਾਂ ਦੀ, ਆਪਣੇ ਘਰਾਂ ਦੀ ਆਪ ਪਹਿਰੇਦਾਰੀ ਕਰੋ। ਆਪ ਆਪਣੇ ਬੱਚਿਆਂ ਨੂੰ ਸਮਝਾਓ, ਆਪ ਆਪਣੇ ਭੈਣ ਭਰਾਵਾਂ ਨੂੰ ਸਮਝਾਓ ਕਿ ਅਸੀਂ ਇਸ ਬਿਮਾਰੀ ਨਾਲ ਕਿਵੇਂ ਲੜਨਾ ਵਾ ਅਤੇ ਕਿਵੇਂ ਉਹਦੇ ਉੱਪਰ ਜੰਗ ਜਿੱਤਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।